ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਅਤੇ ਮੈਂ ਤੁਹਾਡਾ ਆਪਣਾ ਗੁਰੀ ਉਗਰਾ ਹਾਂ। ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋਸਤੋ ਆਪਾਂ ਇੱਕ ਨਗੀਨਾ ਲੈ ਕੇ ਆਏ ਹਾਂ। ਭਲੂਣ ਝੋਟੀ ਆ ਸੂਣ 'ਚ ਕੱਢਦੀ ਆ ਹਲੇ 5-7 ਦਿਨ, ਇੱਕ ਵਾਰੀ ਮੂੰਹ ਮੱਥਾ ਦਿਖਾਉਣੇ ਆ ਅਤੇ ਬਾਕੀ ਡਿਟੇਲ ਆਪਾਂ ਲਾਣੇਦਾਰ ਨੂੰ ਪੁੱਛ ਲਾਂ ਕੀ ਗੱਲਬਾਤ ਅਤੇ ਰੇਟ ਵੀ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ। ਅਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਦੋਸਤੋ। ਅਤੇ ਬਾਕੀ ਇੱਕ ਵਾਰ ਦੇਖ ਲਓ ਪੂਰੀ ਸਕੀਨ ਝੋਟੀ ਆ, ਚੰਗੇ ਕੱਦ ਕਾਠ ਵਾਲੀ ਆ, ਵਧੀਆ ਰਿਕਾਰਡ ਵਾਲੀ ਆ। ਅਤੇ ਬਾਕੀ ਆ ਜਾਓ ਬਾਈ ਨੂੰ ਆਪਾਂ ਡਿਟੇਲ ਪੁੱਛ ਲੈਂਦੇ ਹਾਂ ਜੀ। ਬਾਈ ਜੀ ਨਾਮ ਕੀ ਆਪਣਾ? ਬਾਈ ਕਸ਼ਮੀਰ ਸਿੰਘ। ਪਿੰਡ ਕਿਹੜਾ ਜੀ? ਉਗਰਾਹਾਂ। ਕਿੱਥੇ ਰਹਿ ਜਾਂਦਾ ਬਾਈ, ਕਿਹੜੇ ਜ਼ਿਲ੍ਹੇ 'ਚ? ਆਪਣੇ ਸੰਗਰੂਰ ਜ਼ਿਲ੍ਹੇ 'ਚ, ਪੈਂਦੇ ਸੁਨਾਮ ਦੇ ਨੇੜੇ। ਦੋਸਤੋ ਸੰਗਰੂਰ ਜ਼ਿਲ੍ਹੇ 'ਚ ਆ, ਸੁਨਾਮ ਦੇ ਨੇੜੇ, ਜਿਹੜਾ ਸੁਨਾਮ ਤੋਂ ਬਰੇਟਿਆਂ ਨੂੰ ਜਾਂਦਾ ਰੋਡ, ਬਰੇਟਾ ਮੰਡੀ ਨੂੰ, ਉਹ ਰੋਡ 'ਤੇ ਰਹਿ ਜਾਂਦਾ, ਸੁਨਾਮ ਤੋਂ 10 ਕਿਲੋਮੀਟਰ ਦੂਰ ਹੈ। ਅਤੇ ਬਾਕੀ ਝੋਟੀ ਲਾਣੇ ਦਾ ਬਾਈ ਚੰਗੀ ਲਈ ਖੜਾ ਹੈ। ਝੋਟੀ ਦਾ ਬਾਈ ਇੱਕ ਨੰਬਰ ਹੈ, ਵਧੀਆ ਰਿਕਾਰਡ ਵਾਲੀ ਝੋਟੀ ਹੈ। ਹਾਂ, ਘਰ ਦੀ ਝੋਟੀ ਹੈ। ਅੱਛਾ ਜੀ। 14 ਲੀਟਰ ਦੀ ਮਾਂ ਦੁੱਧ। ਅੱਛਾ ਜੀ। ਹਾਂ, ਭਲੂਣ ਪਹਿਲੇ ਸੂਏ ਸੂਣ ਵਾਲੀ। ਕਿੰਨੇ ਕੁ ਦਿਨ ਕੱਢਦੀ ਆ? 2-4 ਦਿਨ ਹੀ ਲਓ। ਅੱਛਾ ਜੀ। ਰੇਟ ਕਿੰਨਾ? ਰੇਟ ਹੈ 85,000। ਬਸ ਮੌਕੇ 'ਤੇ ਕਿੰਨਾ ਕੁ ਹੋਜੂਗਾ ਮਾੜਾ ਮੋਟਾ? ਆਪਾਂ ਨੇ ਪੂਰਾ ਜੇ ਮੰਗਿਆ, ਬਸ ਮੌਕੇ 'ਤੇ ਮਾਨਤਾਨ ਵਾਲੀ ਇਹ ਕਰਦੇ। ਠੀਕ ਹੈ ਜੀ। ਆਪਣਾ ਨੰਬਰ ਬੋਲ ਦਿਓ। 92172। ਹਾਂਜੀ। 35218। ਇੱਕ ਵਾਰੀ ਫਿਰ ਬੋਲ ਦਿਓ। 92172-35218। ਖੋਲ੍ਹ ਕੇ ਤੋਰ ਲਓ ਇੱਕ ਵਾਰੀ। ਬਾਕੀ ਜੋ ਤੁਰੂਗੀ ਦੋਸਤੋ, ਹਵਾਨੀ ਦੀ ਜੱਜਮੈਂਟ ਕਰ ਲਿਓ। ਮੇਰਾ ਖਿਆਲ ਹੈ 5-7 ਦਿਨਾਂ ਝੋਟੀ ਆਰਾਮ ਨਾਲ ਕੱਢ ਦੂ। ਅਤੇ ਬਾਕੀ ਕੱਦ ਕਾਠ ਬਹੁਤ ਆ ਦੋਸਤੋ, ਝੋਟੀ ਦਾ ਲੰਬੀ ਲੰਬੀ ਬਹੁਤ ਆ। ਅਤੇ ਇੱਕ ਵਾਰ ਇੱਥੋਂ ਦੇਖ ਲਓ ਨੇੜੇ ਤੋਂ, ਜਦੋਂ ਅੱਗੇ ਨੂੰ ਤੁਰੂਗੀ ਤੋਰ ਦਿਓ ਥੋੜ੍ਹੀ ਹੋਰ ਅੱਗੇ ਨੂੰ। ਵਾਹ, ਮੋੜ ਦਿਓ ਇੱਧਰ ਵੀ, ਮੋੜ। ਬਾਕੀ ਦੋਸਤੋ ਇੱਧਰ ਤੋਂ ਮੂੰਹ ਮੱਥਾ ਦੇਖ ਲਓ, ਬਿਲਕੁਲ ਕੁੰਡੇ ਸਿੰਘ ਨੇ, ਪੂਰੀ ਟੌਪ ਦੀ ਝੋਟੀ ਆ, ਕੱਦ ਕਾਠ ਪੂਰਾ ਦੋਸਤੋ ਬੇਲ ਪੂਰੀ ਆ। ਅਤੇ ਇੱਧਰ ਤੋਂ ਥਣ ਦਿਖਾ ਦੇਣਾ, ਪੂਰੇ ਘੈਂਟ ਲੱਗੇ ਨੇ, ਪੂਰੀ ਵਿੱਥੀ ਦੇ ਲੱਗੇ ਨੇ ਆਪਸ ਦੇ ਵਿੱਚ। ਹਲੇ ਦੋਸਤੋ ਝੋਟੀ ਨੇ ਬਾਨਾ ਤਿਆਰ ਹੋਣਾ, ਅਤੇ ਆਪਸ 'ਚ ਗੈਪ ਬਹੁਤ ਆ ਥਣਾਂ ਦਾ, ਅਤੇ ਹਵਾਨਾ ਵੀ ਚੰਗਾ ਬਣਾਉਂਦੀ ਆਉਂਦੀ ਆ। ਅਤੇ ਬਾਕੀ ਲਾਣੇਦਾਰ ਆਪਾਂ ਘਰ ਹੀ ਪਾਲਦੇ ਹਾਂ ਜਾਨਵਰ? ਘਰੇ ਜੀ, ਘਰੇ। ਕਿੰਨਾ ਕੁ ਦੁੱਧ ਕੱਢ ਸਕਦੇ ਆ ਤੁਹਾਡੇ ਆਈਡੀਆ ਨਾਲ? ਇਹ ਇਹਦੀ ਮਾਂ ਥੋੜ੍ਹਾ 14 ਲੀਟਰ ਸੀ, ਨੇ ਬਗੈਰ ਸੇਵਾ ਤੋਂ ਘਰੇ ਆਪਣੀ ਲੋਕ ਸੇਵਾ ਨਾਲ ਚੋਇਆ। ਅੱਛਾ ਜੀ। ਆਮ ਨੋਰਮਲ ਜਿੱਦਾਂ ਦਾਣਾ ਦਾ ਘਰ ਦਾ ਪਾ ਕੇ ਚੋਣਿਆ? ਘਰ ਦਾ ਪਾ ਕੇ। ਜੇ ਇਹਦੀ ਫੁੱਲ ਸੇਵਾ ਖੁਰਾਕ ਕਰੇ ਕੋਈ, ਐਨ 12 ਲੀਟਰ ਹੱਸ ਕੇ ਪਹਿਲੇ ਸੂਏ ਦਿੱਤੇ। ਠੀਕ ਹੈ ਜੀ। ਇੱਕ ਵਾਰ ਦੋਸਤੋ ਝੋਟੀ ਫੇਰ ਦਿਖਾਉਣਾ ਤੁਹਾਨੂੰ। ਸਿੰਘ ਸੁੰਘ ਬਿਲਕੁਲ ਸ਼ੋਅ ਕੁਆਲਿਟੀ ਵਾਲਾ, ਕੰਨੀਦਾਰ ਸਿੰਘ ਆ, ਕਿਤੋਂ ਬਣਵਾਇਆ ਨਹੀਂ ਹੋਇਆ ਲਾਣੇਦਾਰ ਨੇ, ਨੈਚੁਰਲ ਸਿੰਘ ਆ ਸਾਰਾ। ਅਤੇ ਬਾਕੀ ਕੱਦ ਕਾਠ ਬਹੁਤ ਆ ਦੋਸਤੋ, ਸ਼ੌਕੀਨ ਆ ਝੋਟੀ ਪੂਰੀ, ਕਿਸੇ ਪੱਖੋਂ ਮਾਰ ਨਹੀਂ ਖਾਂਦੀ। ਇੱਕ ਵਾਰ ਤੁਹਾਨੂੰ ਥਣ ਹਵਾਨਾ ਇੱਧਰੋਂ ਫੇਰ ਦਿਖਾਉਣਾ ਮੈਂ, ਅਤੇ ਬਾਕੀ ਦੂਜੇ ਜਾਨਵਰ ਵੀ ਦਿਖਾਵਾਂਗੇ ਲਾਣੇਦਾਰ ਕੋਲ, ਚੰਗੇ ਰੱਖੇ ਹੋਏ ਨੇ ਸਾਰੇ। ਅਤੇ ਬਾਕੀ ਇੱਕ ਆਪਲੂਣ ਝੋਟੀ ਸੂਈ ਹੋਈ ਆ ਇਹ ਦੋਸਤੋ, ਆਪਾਂ ਊਂ ਸ਼ੌਕ ਨੂੰ ਦਿਖਾਵਾਂਗੇ। ਇਹ ਵਿਕਾਊ ਨਹੀਂ ਹੈਗੀ, 1 ਨੰਬਰ ਵਾਲੀ ਝੋਟੀ ਵਿਕਾਊ ਆ ਜਿਹੜੀ ਦਿਖਾਈ ਤੀ। ਇਹ ਵੀ ਭਲੂਣ ਸੂਈ ਹੋਈ ਆ, ਅਤੇ ਥਣ ਥੋਣ ਇਹਦੇ ਵੀ ਦੇਖ ਲਓ ਘੈਂਟ ਨੂੰ। ਲਾਣੇਦਾਰ ਇਹਨੂੰ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਇਹਨੂੰ ਬਾਈ ਅੱਜ 13ਵਾਂ ਦਿਨ ਹੈ। ਕਿੰਨਾ ਕੁ ਦੁੱਧ ਕਰ ਗਈ? 9.5 ਲੀਟਰ ਦਾ ਦੁੱਧ ਅਸੀਂ ਹੁਣ ਕਰ ਗਈ ਇਹ ਤੋਂ ਪਹਿਲਾਂ। ਅੱਛਾ ਜੀ। ਨਾਲੇ ਲੋਕਲ ਸੇਵਾ ਨਾਲ ਵੀ ਕਰਦੀ ਨਾਲ। ਠੀਕ ਹੈ ਜੀ। ਅਤੇ ਝੋਟੀ ਇਹ ਵੀ ਆਪਣੀ ਕਰਦੀ ਹੈ, ਉਹ ਪਰਲੇ ਪਾਸੇ ਕਿਹੜੇ ਉਹ ਵੀ ਕਰਦੀ ਝੋਟੀ। ਠੀਕ ਹੈ ਜੀ। ਇਹ ਕਰ ਦੂਗੀ 13-14? ਆਰਾਮ ਨਾਲ ਕਰੋ ਦੋਸਤੋ ਸਾਰੇ ਜਾਨਵਰ। ਹਾਂਜੀ, ਇਹ ਤਾਂ ਇਹਦੇ ਨਾਲ ਬਹੁਤ ਕੁਆਲਿਟੀਦਾਰ ਹੈ। ਠੀਕ ਹੈ ਜੀ। ਬਾਕੀ ਜਾਨਵਰ ਸਾਰੀ ਚੰਗੇ ਰੱਖਦੇ ਨੇ। ਆਹ ਝੋਟੀ ਦੇਖ ਲਓ ਦੋਸਤੋ, 9.5-10 ਕਿਲੋ ਦੁੱਧ ਤਿਆਰ ਕਰੀ ਖੜੀ ਹੈ, 10-12 ਦਿਨਾਂ ਦੀ ਸੂਈ ਹੋਈ। ਬਾਕੀ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਦੋਸਤੋ, ਨੋਰਮਲ ਸੇਵਾ ਹੁੰਦੀ ਹੈ, ਕੋਈ ਐਡੀ ਗੱਲਬਾਤ ਹੁੰਦੀ ਨਹੀਂ, ਕਿਉਂਕਿ ਬਾਈ ਹੋਰਾਂ ਦਾ ਖੇਤੀਬਾੜੀ ਦੀ ਕੰਮ ਆ ਜ਼ਿਆਦਾਤਰ। ਆਪਣਾ ਖੇਤੀਬਾੜੀ ਦੀ ਕੰਮ ਆ ਜੀ, ਵਪਾਰ ਦਾ ਕੰਮ ਤਾਂ ਨਹੀਂ ਕਰਦੇ ਮੱਝਾਂ ਦੋਸਤੋ? ਵਪਾਰੀ ਦੇ ਘਰੇ ਨਹੀਂ ਹੈਗੀ ਮੱਝ, ਇੱਕ ਨੋਰਮਲ ਕਿਸਾਨ ਦੇ ਘਰੋਂ ਦਿਖਾ ਰਿਹਾ ਤੁਹਾਨੂੰ ਮੈਂ। ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ, ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਓ। ਨੰਬਰ ਲਾਣੇਦਾਰ ਹੋਰਾਂ ਦਾ ਮੈਂ ਸਕਰੀਨ 'ਤੇ ਲਾ ਦੂੰਗਾ, ਅਤੇ ਐਡਰੈਸ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਦਾ।
ਉਗਰਾਹਾਂ ਪਿੰਡ ਆ ਅਤੇ ਡਿਸਟ੍ਰਿਕਟ ਸੰਗਰੂਰ 'ਚ ਪੈ ਜਾਂਦਾ, ਸੁਨਾਮ ਸ਼ਹਿਰ ਤੋਂ 10-12 ਕਿਲੋਮੀਟਰ ਦੀ ਦੂਰੀ 'ਤੇ ਆ। ਬਾਕੀ ਜਿਹਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਓ। ਦੁੱਖ ਅਤੇ ਇੱਧਰ ਤਾਂ ਥਾਣ ਹਵਾਨਾ, ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦੇਣਾ ਜੋਟੀ ਦਾ। ਅਤੇ ਬਾਕੀ ਕੱਲ੍ਹ ਨੂੰ ਮਿਲਦੇ ਹਾਂ ਆਪਾਂ ਦੋਸਤੋ 1 ਤਰੀਕ ਨੂੰ ਰਾਮਪੁਰਾ ਫੂਲ ਮੰਡੀ 'ਤੇ, ਉੱਥੋਂ ਨਗੀਨੇ ਦਿਖਾਵਾਂਗੇ ਘੈਂਟ ਘੈਂਟ। ਅਤੇ ਬਾਕੀ ਆਪਣੇ ਵੀਡੀਓ ਨੂੰ ਲਾਇਕ, ਸ਼ੇਅਰ ਅਤੇ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਵੀਡੀਓ ਨਾਲ ਐਂਡ ਤੱਕ ਬਣੇ ਰਹਿਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ।